ਹੈਲੋ ਜੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੋਮਲਟੀ ਚੈਨਲ ਦੇ ਵਿੱਚ ਮੇਰੀਆਂ ਭੈਣਾਂ ਤੇ ਮੇਰੇ ਵੀਰਾਂ ਦਾ ਸਵਾਗਤ ਆ ਹਾਂਜੀ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਵਧੀਆ ਨੁਸਖਾ ਲੈ ਕੇ ਆਏ ਹਾਂ ਰਾਮ ਬਾਣ ਨੁਸਖਾ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਹੀ ਬਣਾਇਆ ਜਾਂਦਾ ਅਜਮਾਇਆ ਹੋਇਆ ਨੁਸਖਾ ਜਿਵੇਂ ਕਿ ਅੱਜਕੱਲ ਕਾਫੀ ਭੈਣ ਕਾਫੀ ਵੀਰ ਬੱਚੇ ਵੀ ਜਿਹੜਾ ਮਟਾਪੇ ਦੇ ਸ਼ਿਕਾਰ ਹੋਏ ਆ ਮਟਾਪਾ ਜਿਹੜਾ ਕਈ ਤਰ੍ਹਾਂ ਦੇ ਸਾਈਡ ਇਫੈਕਟ ਦੇ ਨਾਲ ਵੀ ਹੋ ਸਕਦਾ ਤੇ ਜੋੜਾਂ ਦੇ ਦਰਦਾਂ ਦੇ ਨਾਲ ਵੀ ਹੋ ਜਾਂਦਾ ਜਾਂ ਫਿਰ ਪੇਟ ਪ੍ਰੋਬਲਮ ਦੇ ਹਾਲਾਤ ਵਿਗੜਨ ਦੇ ਨਾਲ ਵੀ ਜਿਹੜਾ ਹੈ ਆਪਣਾ ਚਰਬੀ ਵਧਣੀ ਸ਼ੁਰੂ ਹੋ ਜਾਂਦੀ ਆ ਮਟਾਪਾ ਜਿਹੜਾ ਵਧਣਾ ਸ਼ੁਰੂ ਹੋ ਜਾਂਦਾ ਹੈ ਵਜ਼ਨ ਵਧਣਾ ਸ਼ੁਰੂ ਹੋ ਜਾਂਦਾ ਹੈ ਉਹਦੇ ਲਈ ਇਹ ਬਹੁਤ ਹੀ ਵਧੀਆ ਜਿਹੜਾ ਨੁਸਖਾ ਹੈ ਆਪਾਂ ਅੱਜ ਤੁਹਾਨੂੰ ਬਣਾ ਕੇ ਦਿਖਾਵਾਂਗੇ ਤੇ ਦੱਸਾਂਗੇ ਇਸ ਨੂੰ ਕਿਵੇਂ ਵਰਤਣਾ ਹੈ ਤੇ ਕਿਵੇਂ ਬਣਾਉਣਾ ਹੈ ਇਹ ਜ਼ਿਆਦਾ ਕੋਈ ਵੀ ਔਖਾ ਕੰਮ ਨਹੀਂ ਹੈਗਾ तकरीबन ਆਪਣੇ ਘਰਾਂ ਦੇ ਵਿੱਚ ਇਹ ਸਮਾਨ ਹੁੰਦਾ ਹੈ ਜੇਕਰ ਨਹੀਂ ਹੁੰਦਾ ਤਾਂ ਤੁਸੀਂ ਬਾਜ਼ਾਰੋਂ ਪंसारी ਦੀ ਦੁਕਾਨ ਤੋਂ ਲੈ ਕੇ ਆ ਸਕਦੇ ਹੋ ਜਿਵੇਂ ਕਿ ਤੇਜ ਪੱਤਾ ਹੋਇਆ ਮੇਥੀ ਦਾਣਾ ਹੋਇਆ ਦਾਲਚੀਨੀ ਹੋਈ ਲੌਂਗ ਇਸ ਤਰ੍ਹਾਂ ਦੇ ਆ ਕਾਫੀ ਸਾਰੀਆਂ ਚੀਜ਼ਾਂ ਹੁੰਦੀਆਂ ਜੇਕਰ ਨਹੀਂ ਤਾਂ ਤੁਸੀਂ ਬਾਜ਼ਾਰੋਂ ਜ਼ਰੂਰ ਲੈ ਕੇ ਆਇਓ ਲਓ ਜੀ ਆਪਾਂ ਇੱਕ ਚਮਚ ਮੇਥੀ ਦਾਣਾ ਲੈ ਲਿਆ ਇੱਕ ਆਪਾਂ ਤੇਜ ਪੱਤਾ ਲੈ ਲਿਆ ਇੱਧਰ ਆਪਾਂ ਇੱਕ ਛੋਟਾ ਜਿਹਾ ਟੁਕੜਾ ਲੈ ਲੈਣਾ ਦਾਲਚੀਨੀ ਦਾ ਦਾਲਚੀਨੀ ਦਾ ਪਾਊਡਰ ਨਹੀਂ ਲੈਣਾ ਤੁਸੀਂ ਟੁਕੜਾ ਹੀ ਲੈਣਾ ਤੇ ਚਾਰ ਆਪਾਂ ਲੌਂਗ ਲੈ ਲਿਆ ਚਾਰ ਪੀਸ 10 ਆਪਾਂ ਕਾਲੀਆਂ ਮਿਰਚਾਂ ਲੈ ਲਈਆਂ ਤੇ ਆਪਾਂ 4 ਤੋਂ 5 ਜਿਹੜੀਆਂ ਲਸਣ ਦੀਆਂ ਕਲੀਆਂ ਲੈ ਲਈਆਂ ਜੇਕਰ ਲਸਣ ਤੁਹਾਡਾ ਮੋٹے ਪੀਸਾਂ ਦੇ ਵਿੱਚ ਆ ਤਾਂ ਫਿਰ ਤੁਸੀਂ 4 ਪੀਸ ਹੀ ਲੈਣਿਆ ਜੇਕਰ ਤੁਹਾਡੇ ਪਤਲੇ ਆ ਤਾਂ ਫਿਰ ਤੁਸੀਂ 5 ਤੋਂ 6 ਪੀਸ ਵੀ ਲਸਣ ਦੇ ਲੈ ਸਕਦੇ ਆ ਇਸ ਲਸਣ ਨੂੰ ਆਪਾਂ ਸ਼ੈੱਲ ਲਿਆ ਛਿੱਲਾਂ ਤੋਂ ਬਾਅਦ ਜਾਂ ਤਾਂ ਤੁਸੀਂ ਬਿਲਕੁਲ ਬਰੀਕ-ਬਰੀਕ ਕੱਟ ਲਓ ਜਾਂ ਫਿਰ ਤੁਸੀਂ ਇਸ ਨੂੰ ਕੁੱਟ ਲਓ ਲਓ ਜੀ ਆਪਾਂ ਇਹ ਲਸਣ ਨੂੰ ਜਿਹੜਾ ਕੁੱਟ ਲਿਆ ਹੈਗਾ ਮੋਟਾ-ਮੋਟਾ ਦਰਦਰਾ ਜਿਹਾ ਹੁਣ ਆਪਾਂ ਤੁਹਾਨੂੰ ਇਹ ਡਰਿੰਕ ਜਿਹੜੀ ਬਣਾ ਕੇ ਦਿਖਾਵਾਂਗੇ ਇਸ ਡਰਿੰਕ ਨੂੰ ਜਿਹੜਾ 15 ਸਾਲ ਤੋਂ ਛੋਟੇ ਬੱਚੇ ਨਹੀਂ ਲੈ ਸਕਦੇ 15 ਸਾਲ ਤੋਂ ਉੱਪਰ ਦੇ ਜਿਹੜੇ ਬੱਚੇ ਲੈ ਸਕਦੇ ਆ ਲਓ ਜੀ ਆਪਾਂ ਇੱਕ ਸਗਲਾ ਲੈ ਲਿਆ ਉਹਦੇ ਵਿੱਚ ਆਪਾਂ ਡੇਢ ਗਲਾਸ ਪਾਣੀ ਲੈ ਲਿਆ ਇੱਕ ਗਲਾਸ ਮੈਂ ਪਹਿਲਾਂ ਪਾ ਲਿਆ ਅੱਧਾ ਗਲਾਸ ਜਿਹੜਾ ਮੈਂ ਪਾਣੀ ਦਾ ਹੋਰ ਲੈ ਲਿਆ ਡੇਢ ਗਲਾਸ ਪਾਣੀ ਲੈਣਾ ਤੇ ਇਹ ਇੱਕ ਮੈਂਬਰ ਦੇ ਲਈ ਜਿਹੜੀ ਡਰਿੰਕ ਬਣ ਕੇ ਤਿਆਰ ਹੋਊਗੀ ਤੇ ਜਦੋਂ ਆਪਾਂ ਇਹ ਦੋ ਹਿੱਸੇ ਪਾਣੀ ਨੂੰ ਖਤਮ ਕਰਨਾ ਤੇ ਇੱਕ ਹਿੱਸਾ ਆਪਾਂ ਪਾਣੀ ਨੂੰ ਜਿਹੜਾ ਰੱਖ ਲੈਣਾ ਹੁਣ ਆਪਾਂ ਗੈਸ ਚਾਲੂ ਕਰ ਲਿਆ ਪਾਣੀ ਨੂੰ ਜਿਹੜਾ ਗਰਮ ਹੋਣ ਲਈ ਰੱਖਤਾ ਇੱਧਰ ਆਪਾਂ ਲੈ ਲਿਆ ਤੇਜ ਪੱਤਾ ਦਾਲਚੀਨੀ ਇਹ ਲੈ ਲਏ ਆਪਾਂ ਲੌਂਗ ਕਾਲੀਆਂ ਮਿਰਚਾਂ ਲਸਣ ਵੀ ਲਵਾਂਗੇ ਆਪਾਂ ਜੇਕਰ ਤੁਸੀਂ ਇਹਦੇ ਵਿੱਚ ਸੌਂਫ ਅਜਵਾਇਨ ਵੀ ਪਾਉਣਾ ਚਾਹੁੰਦੇ ਆ ਤਾਂ ਉਹ ਤੁਹਾਡੀ ਮਰਜ਼ੀ ਆ ਤੁਸੀਂ ਉਹਦੇ ਵਿੱਚ ਇੱਕ ਅੱਧਾ ਚਮਚ ਅਜਵਾਇਨ ਦਾ ਤੇ ਇੱਕ ਚਮਚ ਜਿਹੜਾ ਸੌਂਫ ਦਾ ਵੀ ਲੈ ਸਕਦੇ ਹੋ ਇਹ ਲੈ ਲਿਆ ਆਪਾਂ ਮੇਥੀ ਦਾ ਮੇਥੇ ਦਾਣਿਆਂ ਤੁਸੀਂ ਕਾਫੀ ਜਾਣੇ ਜਾਣਦੇ ਹੋ ਕਿ ਇਹਦੇ ਬੈਨੀਫਿਟ ਬਹੁਤ ਜ਼ਿਆਦਾ ਸਕਿਨ ਦੇ ਲਈ ਵੀ ਵਾਲਾਂ ਦੇ ਲਈ ਵੀ ਪੇਟ ਦੇ ਲਈ ਵੀ ਬਹੁਤ ਹੀ ਜ਼ਿਆਦਾ ਗੁਣਕਾਰੀ ਆ ਮੇਥੇ ਦਾਣਾ ਤੇ ਲਸਣ ਵੀ ਜਿਹੜੇ ਜੋੜਾਂ ਦੇ ਦਰਦਾਂ ਦੇ ਲਈ ਜਿਨ੍ਹਾਂ ਦਾ ਬੀਪੀ ਹਾਈ ਹੁੰਦਾ ਏ ਤੇ ਖੂਨ ਦਾ ਗਾੜਾ ਪਾਣਾ ਉਹਨਾਂ ਦੇ ਲਈ ਇਹ ਹਾਰਦ ਦੇ ਮਰੀਜ਼ਾਂ ਦੇ ਲਈ ਲਸਣ ਆ ਜਿਹੜਾ ਬਹੁਤ ਹੀ ਬੈਨੀਫਿਟ ਆ ਇਹ ਜਿਹੜਾ ਆਪਾਂ ਡਰਿੰਕ ਬਣਾਉਣ ਲੱਗੇ ਆ ਕਾਫੀ ਸਾਰੀਆਂ ਬਿਮਾਰੀਆਂ ਤੋਂ ਕੰਮ ਕਰੇਗਾ ਹਾਰਦ ਦੀ ਬਿਮਾਰੀ ਪੇਟ ਦੀਆਂ ਸਮੱਸਿਆਵਾਂ ਜਿਨ੍ਹਾਂ ਦਾ ਖੂਨ ਗਾੜਾ ਪਾੜਾ ਜਿਨ੍ਹਾਂ ਦਾ ਜੋੜਾਂ ਦੇ ਵਿੱਚ ਦਰਦ ਦਾ ਜਿਵੇਂ ਕਿ ਗੋਡਿਆਂ ਦੇ ਵਿੱਚ ਆ ਜਾਂਦਾ ਏ ਮੋਢਿਆਂ ਦੇ ਵਿੱਚ ਇਸ ਤਰ੍ਹਾਂ ਜੋੜਾਂ ਦੇ ਦਰਦਾਂ ਦੇ ਲਈ ਕਾਫੀ ਜ਼ਿਆਦਾ ਇਹ ਬਹੁਤ ਹੀ ਫਟਾ ਅਜਮਾਇਆ ਹੋਇਆ ਨਸਕਾ ਏ ਇਹ ਕਾੜੇ ਨੂੰ ਬਣਾ ਕੇ ਪੀਓ ਨਾਲੇ ਤਾਂ ਤੁਹਾਡਾ ਜਿਹੜਾ ਵਜਨ ਘਟੂਗਾ ਤੇ ਫालतू ਜਿਹੜੀ ਚਰਬੀ ਵੀ ਘਟੂਗੀ ਤੇ ਜੋੜਾਂ ਤੋਂ ਵੀ ਜਿਹੜਾ ਦਰਦਾਂ ਤੋਂ ਰਾਹਤ ਮਿਲੂਗੀ ਪੇਟ ਦੀਆਂ ਹੋਰ ਸਾਰੀਆਂ ਕਾਫੀ ਸਮੱਸਿਆਵਾਂ ਹੁੰਦੀਆਂ ਜਿਵੇਂ ਕਿ ਪੇਟ ਗੈਸ ਬਣ ਜਾਂਦਾ ਏ ਕਬਜ ਦੀ ਪ੍ਰੋਬਲਮ ਆ ਜਾਂਦੀ ਆ ਹੋਰ ਕਾਫੀ ਸਾਰੀਆਂ ਸਮੱਸਿਆਵਾਂ ਪੇਟ ਦੀਆਂ ਅੰਤੜੀਆਂ ਦੇ ਵਿੱਚ ਆ ਜਾਂਦੀਆਂ ਜਿਨ੍ਹਾਂ ਦੇ ਲਈ ਬਹੁਤ ਹੀ ਵਧੀਆ ਇਹ ਕਾੜਾ ਬਣ ਕੇ ਤਿਆਰ ਹੋਊਗਾ ਤੇ ਜਦੋਂ ਵੀ ਤੁਸੀਂ ਇਸ ਕਾੜੇ ਨੂੰ ਬਣਾਉਣਾ ਬਿਲਕੁਲ ਲੋ ਗੈਸ ਤੇ ਕਰਕੇ ਤੁਸੀਂ ਬਣਾਉਣਾ ਹੈ 10 ਤੋਂ 15 ਮਿੰਟ ਤੁਹਾਡਾ ਇਹ ਲੱਗ ਜਾਣਗੇ ਢੱਕ ਕੇ ਬਣਾਉਣਾ ਤਾਂ ਕਿ ਜਿਹੜੀਆਂ ਵੀ ਆਪਾਂ ਇਹ ਛੇ ਚੀਜ਼ਾਂ ਪਾਈਆਂ ਤੇ ਇਹਦਾ ਅਸਰ ਆ ਪੂਰੀ ਤਰ੍ਹਾਂ ਜਿਹੜਾ ਹੈ ਆਪਣੇ ਕਾੜੇ ਦੇ ਵਿੱਚ ਡਰਿੰਕ ਦੇ ਵਿੱਚ ਆ ਜਾਵੇ ਜਲਦਬਾਜੀ ਦੇ ਵਿੱਚ ਹਾਈ ਫਲੇਮ ਤੇ ਤੁਸੀਂ ਇਸ ਕਾੜੇ ਨੂੰ ਬਣਾ ਕੇ ਨਹੀਂ ਤਿਆਰ ਕਰਨਾ ਬਿਲਕੁਲ ਗੈਸ ਨੂੰ ਘੱਟ ਕਰ ਦਿਓ ਤੇ ਇਸ ਨੂੰ ਤੁਸੀਂ 10 ਤੋਂ 15 ਮਿੰਟ ਲਾਓ ਇਸ ਨੂੰ ਪਕਾਉਣ ਤੇ ਲਓ ਜੀ ਆਪਣੇ 10 ਮਿੰਟ ਹੋ ਗਏ ਆ ਤੇ ਆਪਣੇ ਦੋ ਹਿੱਸੇ ਆ ਜਿਹੜੇ ਪਾਣੀ ਦੇ ਖਤਮ ਹੋ ਗਏ ਤੇ ਇੱਕ ਹਿੱਸਾ ਜਿਹੜਾ ਪਾਣੀ ਦਾ ਰਹਿ ਗਿਆ ਏ ਕਾੜੇ ਦਾ ਡਰਿੰਕ ਦਾ ਤੇ ਇਹਨੂੰ ਆਪਾਂ ਇੱਕ ਕੱਪ ਦੇ ਵਿੱਚ ਪਾਉਣ ਲਿਆ ਇਹ ਇੱਕ ਮੈਂਬਰ ਦੇ ਲਈ ਬਣ ਕੇ ਤਿਆਰ ਜੇਕਰ ਤੁਸੀਂ ਘਰ ਦੇ ਵਿੱਚ 2-3 ਮੈਂਬਰਾਂ ਨੇ ਬਣਾਉਣਾ ਤਾਂ ਤੁਸੀਂ ਉਸ ਹਿਸਾਬ ਦੇ ਨਾਲ ਪਾਣੀ ਪਾ ਲਓ ਤੇ ਸਮਾਨ ਵੀ ਤੁਸੀਂ ਆਪਣੇ ਹਿਸਾਬ ਮੁਤਾਬਕ ਪਾ ਲਓ। ਲੋ ਜੀ ਆਪਾਂ ਇੱਕ ਕੱਪ ਜਿਹੜਾ ਇਹ ਬਣਾ ਕੇ ਤਿਆਰ ਕਰ ਲਿਆ। ਹੁਣ ਤੁਸੀਂ ਕੀ ਕਰਨਾ ਹੈ ਇਹਦੇ ਵਿੱਚ ਜੇਕਰ ਤੁਸੀਂ ਮਿੱਠਾ ਪੀਣਾ ਚਾਹੁੰਦੇ ਆ 슈ਗਰ ਦੇ ਮਰੀਜ਼ ਨਹੀਂ ਤਾਂ ਫਿਰ ਤੁਸੀਂ ਇੱਕ ਚਮਚ ਸ਼ਹਿਦ ਦਾ ਵੀ ਪਾ ਸਕਦੇ ਹੋ ਤੇ ਸ਼ੱਕਰ ਵੀ ਪਾ ਸਕਦੇ ਆ ਗੁੜ ਵੀ ਪਾ ਸਕਦੇ ਆ ਤੇ ਨਿੰਬੂ ਵੀ ਪਾ ਸਕਦੇ ਆ ਕਿਉਂਕਿ ਨਿੰਬੂ ਤੇ ਸਿਹਤ ਨੇ ਵੀ ਮਟਾਪੇ ਨੂੰ ਘਟਾਉਣਾ ਤੇ ਕਬਜ ਨੂੰ ਦੂਰ ਕਰਨਾ ਪੇਟ ਦੀਆਂ ਆਂਤੜੀਆਂ ਨੂੰ ਵੀ ਠੀਕ ਕਰਨਾ ਜੇਕਰ ਤੁਹਾਨੂੰ ਸਹਿਤ ਤੇ ਨਿੰਬੂ ਨਹੀਂ ਫਿੱਟ ਫਿਰ ਤੁਸੀਂ ਸਕਿਪ ਵੀ ਕਰ ਸਕਦੇ ਆਂ ਕਈ ਵਾਰ ਕਈ ਮਰੀਜ਼ਾਂ ਨੂੰ ਜਿਹੜਾ ਨਿੰਬੂ ਜਾਂ ਸਹਿਤ ਆ ਇਹ ਨਹੀਂ ਸਹੀ ਹੁੰਦਾਗਾ ਉਹ ਜ਼ਰੂਰੀ ਨਹੀਂ ਹੈਗਾ ਤੁਸੀਂ ਇਹਨੂੰ ਬਿਨਾ ਮਿੱਠੇ ਤੋਂ ਵੀ ਪੀ ਸਕਦੇ ਆਂ ਕਿਉਂਕਿ ਪੀਣ ਦੇ ਵਿੱਚ ਕੋਈ ਵੀ ਅਖਿਆਈ ਨਹੀਂ ਹੈਗੀ ਕੋਈ ਮੁਸ਼ਕਲ ਨਹੀਂ ਹੈਗਾ ਸ਼ੱਕਰ ਪਾ ਲਓ ਗੁੜ ਪਾ ਲਓ ਸਹਿਤ ਪਾ ਲਓ ਤੇ ਸਹਿਤ ਨਿੰਬੂ ਆ ਜਿਹੜਾ ਕਾਬੇਜ ਦੇ ਲਈ ਵੀ ਬਹੁਤ ਬੈਨੀਫਿਟ ਆ ਤੇ ਪੇਟ ਦਾ ਮਟਾਪਾ ਘਟਾਉਣ ਦੇ ਲਈ ਪੇਟ ਘਟਾਉਣ ਦੇ ਲਈ ਜਿਹੜਾ ਬਹੁਤ ਹੀ ਵਧੀਆ ਹੈ ਅੱਧਾ ਨਿੰਬੂ ਇੱਕ ਕੱਪ ਦੇ ਵਿੱਚ ਚੰਗੀ ਤਰ੍ਹਾਂ ਤੁਸੀਂ ਇਹਨੂੰ ਨਿਚੋੜ ਲੈਣਾ ਤੇ ਜਦੋਂ ਵੀ ਤੁਸੀਂ ਪੀਣਾ ਇਹਨੂੰ ਠੰਡਾ ਕਰਕੇ ਨਹੀਂ ਪੀਣਾ ਜਿਸ ਤਰ੍ਹਾਂ ਆਪਾਂ ਚਾਹ ਪੀਂਨੇ ਆ ਘੁੱਟ-ਘੁੱਟ ਕਰਕੇ ਆਪਾਂ ਚਾਹ ਪੀਂਨੇ ਆ ਨਾ ਉਸ ਤਰੀਕੇ ਨਾਲ ਤੁਸੀਂ ਪੀਣਾ ਰਾਤ ਨੂੰ ਸੌਣ ਲੱਗਿਆਂ ਖਾਣਾ ਖਾਣ ਤੋਂ ਘੰਟੇ ਬਾਅਦ ਜਿਵੇਂ ਤੁਸੀਂ ਖਾਣਾ ਖਾ ਲਿਆ ਘੰਟਾ ਅੱਧਾ ਘੰਟਾ ਹੋ ਗਿਆ ਹੋਵੇ ਸੌਣ ਦੇ ਟਾਈਮ ਜਦੋਂ ਪਤਾ ਵੀ ਤੁਸੀਂ ਸੌਣਾ ਇਹਨੂੰ ਬਣਾ ਕੇ ਰੱਖ ਲਓ ਤੇ ਠੰਡਾ ਨਹੀਂ ਹੋਣਾ ਚਾਹੀਦਾ ਜਿੰਨੇ ਆਪਾਂ ਗਰਮ ਦੁੱਧ ਜਾਂ ਆਪਾਂ ਚਾਹ ਪੀਂਨੇ ਆ ਉਹਨਾਂ ਗਰਮ ਜਿਹੜਾ ਤੁਸੀਂ ਘੁੱਟ-ਘੁੱਟ ਕਰਕੇ ਇਸ ਨੂੰ ਪੀ ਲੈਣਾ ਕਿਉਂਕਿ ਇਹ ਜਿਹੜਾ ਇਹ ਆਪਾਂ ਡਰਿੰਕ ਆ ਇਸ ਨੇ ਜਿਹੜਾ ਰਾਤ ਨੂੰ ਜ਼ਿਆਦਾ ਕੰਮ ਕਰਨਾ ਤੇ ਤੁਹਾਡਾ ਕੁਝ ਹੀ ਦਿਨਾਂ ਦੇ ਵਿੱਚ ਮਟਾਪਾਏ ਘਟਣਾ ਸ਼ੁਰੂ ਹੋ ਜਾਊਗਾ weight lose ਆ ਜਿਹੜਾ ਭਾਰ ਆ ਉਹ ਵੀ ਘਟਣਾ ਸ਼ੁਰੂ ਹੋ ਜਾਊਗਾ ਇਸ ਨੂੰ ਤੁਸੀਂ 1 ਮਹੀਨਾ ਵਰਤ ਕੇ ਦੇਖੋ ਤੁਹਾਨੂੰ ਜਿਹੜਾ ਆਪਣੇ ਆਪ ਆ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਊਗਾ ਕਿਉਂਕਿ ਕੋਈ ਵੀ ਆਪਣਾ ਨੁਸਕਾ ਹੁੰਦਾ ਇੱਕ ਜਾਂ ਦੋ ਦਿਨਾਂ ਦੇ ਵਿੱਚ ਕੋਈ ਫਾਇਦਾ ਨਹੀਂ ਹੁੰਦਾ ਇਸ ਨੂੰ ਲਗਾਤਾਰ 1 ਮਹੀਨਾ ਵਰਤ ਕੇ ਦੇਖੋ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਊਗਾ ਹਾਂਜੀ ਚਲੋ ਠੀਕ ਆ ਜੀ ਮੇਰੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਇਸ ਨੁਸਕੇ ਨੂੰ ਜਰੂਰ ਅਪਣਾਓ ਤੇ ਦੇਖੋ ਤਾਂ ਤੁਹਾਨੂੰ ਫਾਇਦਾ ਹੋਊਗਾ ਚਲੋ ਠੀਕ ਆ ਜੀ ਵੀਡੀਓ ਦੇਖਣ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਦੇ ਵਿੱਚ ਆਪਾਂ ਫੇਰ ਮਿਲਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਓਕੇ